ਜਸਪੀਰ ਭੁੱਲਰ ਦੀ ਕਹਾਣੀ ਹੈ ਇੱਕ ਕਹਾਣੀ ਕਵਿਤਾ ਵਾਗੂ ਮੈਂ ਇਕੱਲਾ ਸ ਉਹ ਸ਼ਾਮ ਵੀ ਕੁਝ ਉਦਾਸ ਸੀ ਰੋਹਿਤ ਰਿਸ਼ੀ ਨੇ ਫੋਨ ਕਰਕੇ ਮੈਨੂੰ ਬੁਲਾ ਲਿਆ ਉਹ ਮੇਰਾ ਪ੍ਰਕਾਸ਼ਕ ਵੀ ਸੀ ਤੇ ਦੋਸਤ ਵੀ ਉਹਨੇ ਮੇਰੀਆਂ ਕਿਤਾਬਾਂ ਹੁਣ ਤੱਕ ਬੜੇ ਤੇ ਨਾਲ ਛਾਪੀਆਂ ਸੰਤ ਤੇ ਉਹਦਾ ਆਖਿਆ ਕਿਵੇਂ ਟਾਲਦਾ ਮੈਂ ਤਾਬੜ ਤੋੜ ਪਹੁੰਚ ਗਿਆ ਜਿੱਥੇ ਅਸੀਂ ਮਿਲੇ ਉਸ ਰੈਸਟੋਰੈਂਟ ਚ ਲਾਲ ਬੱਤੀਆਂ ਦਾ ਚਾਨਣ ਸੀ ਉਸ ਚਾਨਣ ਚ ਕਾਲਖ ਤਿਰਵਰੇ ਵਾਂਗੂੰ ਤੈਰ ਰਹੀ ਸੀ ਵਿਸਕੀ ਦੇ ਗਲਾਸ ਹੱਥਾਂ ਚਾਏ ਤੇ ਰੋਹਿਤ ਰਿਸ਼ੀ ਨੇ ਗਲਾਸ ਉੱਚਾ ਕੀਤਾ ਤੇ ਫਿਰ ਮੇਰੇ ਗਲਾਸ ਨਾਲ ਟਕਰਾਇਆ ਪਹਿਲਾ ਕੁਟ ਉਹਨੇ ਕੁਝ ਲੰਮਾ ਭਰਿਆ ਤੇ ਪੁੱਛਿਆ ਤੂੰ ਲਵ ਲੈਟਰ ਲਿਖੇ ਨੇ ਕਦੀ ਮੈਂ ਆਪਣੇ ਥੋਲੇ ਵਾਲਾਂ ਚ ਉਂਗਲਾਂ ਫੇਰੀਆਂ ਤੇ ਹੱਸਿਆ ਅਗਲਾ ਹਿੱਸਾ ਸਕੂਲ ਦਾ ਆਖਰੀ ਦਿਨ ਸੀ ਕੁੜੀਆਂ ਮੈਨੂੰ ਅਚਾਨਕ ਚੰਗੀਆਂ ਲੱਗਣ ਲੱਗ ਪਈਆਂ ਸਨ ਮੈਂ ਕਿਸੇ ਕੁੜੀ ਨੂੰ ਖੱਤ ਨਹੀਂ ਸੰ ਲਿਖੇ ਉਹ ਕੁੜੀ ਕਿਧਰੇ ਹੈ ਵੀ ਨਹੀਂ ਸੀ ਜਿਹਨੂੰ ਮੈਂ ਖੱਤ ਲਿਖਣਾ ਸੀ ਕੁੜੀਆਂ ਨੂੰ ਲਿਖੇ ਜਾਣ ਵਾਲੇ ਖਤਾਂ 'ਚ ਉਸ ਜ਼ਮਾਨੇ ਅਨੁਸਾਰ ਸ਼ੇਰਾਂ ਦੀ ਲੋੜ ਪੈਂਦੀ ਸੀ। ਉਸ ਉਮਰ ਵਰਗੇ ਕੁਝ ਸ਼ੇਰ ਮੇਰੇ ਕੋਲ ਵੀ ਪਤਾ ਨਹੀਂ ਕਿੱਥੋਂ-ਕਿੱਥੋਂ ਆ ਗਏ ਸਨ। ਚੇਤੇ ਨੂੰ ਹੰਗਾਲ ਕੇ ਮੈਂ ਦੋ ਸ਼ੇਰ ਰੋਹਿਤ ਰਿਸ਼ੀ ਨੂੰ ਸੁਣਾਏ। ਲਿਖਤਾ ਹੂੰ ਖੂਨ ਸੇ ਸਿਆਹੀ ਨਾ ਸਮਝਣਾ, ਮਰਤਾ ਹੂੰ ਤੇਰੀ ਯਾਦ ਮੇਂ ਜ਼ਿੰਦਾ ਨਾ ਸਮਝਣਾ। ਦੂਸਰਾ ਸ਼ੇਰ ਵੀ ਉਰਦੂ 'ਚ ਹੀ ਸੀ ਪਰ ਉਹ ਸ਼ੇਰ ਕੁਝ-ਕੁਝ ਭੁੱਲ ਗਿਆ ਸੀ ਮੈਨੂੰ। ਉਹ ਸ਼ੇਰ ਦੀ ਪੰਜਾਬੀ ਬਣਾ ਕੇ ਮੈਂ ਸੁਣਾਤਾ। ਅਸਮਾਨ ਜੇ ਕਾਗਜ਼ ਬਣੇ ਹੋਵੇ ਸਮੁੰਦਰ ਸਿਆਹੀ ਦਾ। ਥੇਰ ਵੀ ਲਿਖਿਆ ਨਹੀਂ ਮੁਕੜਾ ਕਿੱਸਾ ਆਪਣੀ ਅਸਨਾਈ ਦਾ। ਰੋਹਿਤ ਰਿਸ਼ੀ ਦਾ ਮੂੰਹ ਦਾ ਸਵਾਦ ਕੁਝ ਹੋਰ ਨੂੰ ਹੋ ਗਿਆ ਸੀ। ਉਹਨੇ ਕੋਲੋਂ ਲੰਘਦੇ ਵੇਟਰ ਨੂੰ ਰੋਕ ਕੇ ਕਿਹਾ, "ਮੂੰਗਫਲੀ ਤੇ ਸਲਾਦ ਛੇਤੀ ਦੇ ਕੇ ਜਾ। ਦੂਜੇ ਪੈਗ ਵੇਲੇ ਅਗਲਾ ਆਰਡਰ ਲੈ ਲੈ।" ਤੇ ਗਲਾਸ ਵਿੱਚੋਂ ਘੁੱਟ ਭਰ ਕੇ ਉਸ ਬੁੱਲ ਟੇਰੇ ਤੇ ਮੈਨੂੰ ਮੁਖਾਤਬ ਹੋਇਆ, "ਪੁਨੀਤ ਪਲੀਜ਼ ਇਹੋ ਜੇ ਸ਼ੇਅਰ ਹੋਰ ਨਾ ਸੁਣਾਈਂ।" ਅਗਲਾ ਹਿੱਸਾ। ਕਾਲਜ ਵਿੱਚ ਹਰ ਕਿਸੇ ਉਮਰ ਦਾ ਟੂਣਾ ਸੀ। ਇੱਕ ਵੀ ਵੱਖਰਾ ਨਹੀਂ ਸੀ ਮੈਨੂੰ ਹਰ ਕੁੜੀ ਸੋਹਣੀ ਲੱਗਣ ਲੱਗ ਪਈ ਸੀ ਜਿਸ ਕੁੜੀ ਨੂੰ ਵੀ ਮੈਂ ਕੁਝ ਵੱਧ ਦੇਖ ਲੈਂਦਾ ਉਹ ਸੁਪਨਿਆਂ ਵਿੱਚ ਵੀ ਆਉਣ ਲੱਗ ਪੈਂਦੀ ਸੀ ਮੇਰੇ ਵਾਂਗੂ ਹੋਰ ਵੀ ਬਹੁਤ ਜਣੇ ਸਨ ਜੋ ਪ੍ਰੇਮਿਕਾ ਦੀ ਕਲਪਨਾ ਨੂੰ ਜਿਉਂਦੇ ਸਰ ਉਹਨਾਂ ਦਿਨ ਹੀ ਹਵਾ ਕੁਝ ਬਿਮਾਰ ਜਿਹੀ ਸੀ ਪ੍ਰੇਮਿਕਾ ਨੂੰ ਮਿਲਣ ਤੋਂ ਪਹਿਲਾਂ ਹੀ ਪ੍ਰੇਮੀ ਵਿਛੜ ਜਾਣ ਬਾਰੇ ਸੋਚਣ ਲੱਗ ਪੈਂਦੇ ਸੀ ਜਿੱਥੇ ਪੁੱਤ ਧੀ ਦੀ ਖੁਸ਼ੀ ਹੋਵੇ ਮਾਪੇ ਉੱਥੇ ਵਿਆਹ ਨਹੀਂ ਸਨ ਹੋਣ ਦਿੰਦੇ ਇਸ ਤਰ੍ਹਾਂ ਕਰਨ ਨਾਲ ਇੱਜ਼ਤ ਬਹਾਲ ਹੁੰਦੀ ਸੀ ਖਾਨਦਾਨ ਦਾ ਨਾਂ ਉੱਚਾ ਹੁੰਦਾ ਸੀ ਇਸੇ ਯਕੀਨ ਨੂੰ ਲੈ ਕੇ ਉਹ ਜਿਉਂਦੇ ਸਨ ਕਿ ਪੁੱਤ ਤੇ ਦਾ ਰਿਸ਼ਤਾ ਭਾਵੇਂ ਕਿਦਰੇ ਵੀ ਕਰ ਦਿਓ ਵਕਫਾ ਪਾ ਕੇ ਸਭ ਠੀਕ ਹੋ ਜਾਂਦਾ ਹੈ ਉਸ ਵੇਲੇ ਦੀਆਂ ਕਹਾਣੀਆਂ ਵਿੱਚ ਵੀ ਇਹੋ ਵਾਪਰਦਾ ਸੀ ਕਿ ਫਿਲਮਾਂ 'ਚ ਵੀ ਫਿਲਮਾਂ ਦੇ ਅੰਤ ਵਿੱਚ ਤਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਨਾ ਕਿਸੇ ਬਹਾਨੇ ਮਾਰ ਹੀ ਦਿੱਤਾ ਜਾਂਦਾ ਸੀ ਉਦੋਂ ਮੁੰਡਿਆਂ 'ਚ ਇੱਕ ਸ਼ੇਅਰ ਬੜਾ ਮਕਬੂਲ ਹੋਇਆ ਸੀ ਕਈਆਂ ਨੇ ਤਾਂ ਉਹ ਸ਼ੇਅਰ ਪ੍ਰੇਮਿਕਾ ਨੂੰ ਚਿੱਠੀ 'ਚ ਵੀ ਲਿਖਿਆ ਸੀ ਹਜ਼ੂਰ ਜ਼ਰਾ ਗੌਰ ਫਰਮਾਣਾ ਮੈਂ ਰੋਹਿਤ ਰਿਸ਼ੀਵਲ ਵੇਖ ਕੇ ਮੁਸਕਾਇਆ ਦੀ ਆਦਬ ਦੀ ਮੋਦਰਾਜ ਹੱਥ ਮੱਥੇ 'ਤੇ ਵੱਲ ਲਿਆ। ਮੈਨੂੰ ਫੂਕਣ ਤੋਂ ਪਹਿਲਾਂ ਮੇਰਾ ਦਿਲ ਕੱਢ ਕੇ ਰੱਖ ਲੈਣਾ। ਇਹਦੇ 'ਚ ਕੋਈ ਹੋਰ ਵਾਸਤਾ ਹੈ ਕਿਤੇ ਉਹ ਵੀ ਨਾ ਜਲ ਜਾਏ। ਉਹ ਛਾਟਾ ਵੀ ਯਾਰ। ਰੋਹਿਤ ਰਿਸ਼ੀ ਨੇ ਮੇਰੇ ਮੁਖੌਲੀਆ ਰੌਣ ਨੂੰ ਭਾਂਪ ਲਿਆ ਸੀ। ਮਠਾ ਮਠਾ ਸਰੂਰ ਜਾਗ ਪਿਆ ਸੀ। ਜੋ ਆਬਦੀ ਉਡੀਕ ਤੇ ਰੋਹਿਤ ਰਿਸ਼ੀ ਦਾ ਲਵ ਲੈਟਰ ਵਾਲਾ ਸਵਾਲ ਪਹਿਲਾਂ ਵਾਲੀ ਥਾਂਵੇਂ ਖਲੋਤਾ ਹੋਇਆ ਸੀ। ਉਸ ਸਵਾਲ ਤੱਕ ਪਹੁੰਚਣ ਲਈ ਉਹਨੇ ਮੈਨੂੰ ਹੋਰ ਰਾਹੇ ਤੋੜ ਲਿਆ। ਤੇਰੀਆਂ ਕਹਾਣੀਆਂ 'ਚ ਮੈਨੂੰ ਹਰ ਵੇਲੇ ਕਵਿਤਾ ਦਿਸਦੀ ਐ ਉਹ ਸਾਖੈ ਮੈਂ ਕਵਿਤਾ ਦਾ ਜੋ ਬਣਿਆ ਹੋਇਆ ਵਾਂ ਫਿਰ ਕਹਾਣੀਆਂ ਕਿਉਂ ਲਿਖਦਾ ਐ ਕਹਾਣੀਆਂ ਤਾਂ ਵਕਤ ਨੇ ਮੇਰੇ ਪੱਲੇ ਬੰਨ ਦਿੱਤੀਆਂ ਨੇ ਰੋਹਿਤ ਰਿਸ਼ੀ ਨੇ ਗਲਾਸ ਉੱਥੋਂ ਨਜ਼ਰ ਚ ਉੱਥੋਂ ਨਜ਼ਰਾਂ ਚੁੱਕੀਆਂ ਤੇ ਅੱਖਾਂ ਸਕੋੜ ਕੇ ਮੇਰੇ ਵੱਲ ਵੇਖਿਆ ਜਿਵੇਂ ਮੈਲੇ ਚਾਨਣ ਵਿੱਚੋਂ ਮਹੀਨ ਅੱਖਰਾਂ ਵਾਲੀਏ ਬਾਤ ਪੜ ਰਿਹਾ ਹੋਵੇ ਉਹਨੂੰ ਆਪਣੇ ਜ਼ਿਹਨ ਉੱਤੇ ਕੋਈ ਭਾਰ ਉਤਾਰਨ ਦੀ ਕਾਹਲ ਸੀ ਉਹ ਕੁਝ ਬੇਚੈਨ ਜਿਹਾ ਵੀ ਸੀ ਆਪਾਂ ਪਹਿਲੂ ਹੱਥ ਵਾਲਾ ਗਲਾਸ ਮੁਕਾ ਲਈਏ अगला ਹੜਾ ਹੌਲੀ ਹੌਲੀ ਪਿੰਦੇ ਰਾਗੇ ਮੈਂ ਇੱਕ ਗੱਲ ਵੀ ਕਰਨੀ ਹੈ ਤੇਰੇ ਨਾਲ ਗਲਾਸ ਖਾਲੀ ਹੋਏ ਤੇ ਫਿਰ ਭਰ ਗਏ ਰੋਹਿਤ ਰਿਸ਼ੀ ਨੇ ਗਲਾਸ ਚੁੱਕ ਕੇ ਵਿਸਕੀ ਦਾ ਕੋੜਾ ਘੁੱਟ ਭਰ ਲਿਆ ਕਸੈਲਾ ਜਿਹਾ ਮੂੰਹ ਬਣਾ ਕੇ ਉਹਨੇ ਗਲਾਸੇ ਠਾ ਰੱਖ ਦਿੱਤਾ ਮੈਂ ਮੁਸਕਾਇਆ ਤੇ ਲੋੜ ਅਨਸਾਰ ਉਹਦੀ ਵਿਸਕੀ ਚ ਪਾਣੀ ਤੇ ਸੋਡਾ ਰਲਾਤਾ ਉਹ ਝੰਪਿਆ ਜਿਹਾ ਹੱਸਿਆ ਤਲੀ ਹੋਈ ਮੱਛੀ ਦਾ ਟੁਕੜਾ ਚਿੱਥ ਦਿਆ ਉਹਨੇ ਮੇਰੇ ਹੱਥ ਉੱਤੇ ਹੱਥ ਰੱਖਦਾ ਮਨੀਤ ਯਾਰ ਸੱਚ ਦੱਸੇ ਤੂੰ ਕਿਸੇ ਨੂੰ ਕਦੀ ਲਿਖੇ ਨੇ ਕਵਿਤਾ ਵਰਗੇ ਖਤ ਸ਼ਰਾਬ ਖਿੜ ਰਹੀ ਸੀ ਸ਼ਾਇਦ ਮੈਂ ਤਰਬ ਕਿਆ ਗੱਲ ਕੀ ਹੈ ਤੇਰੇ ਕੋਲੋਂ ਕੁਝ ਲਵ ਲੈਟਰ ਲਖਵਾਉਣੇ ਨੇ ਲਵ ਲੈਟਰ ਹਾਂ ਲਵ ਲੈਟਰ ਸਠੇ ਆ ਗਿਆ ਤੂੰ ਇਸ ਉਮਰ ਚਿਸ਼ਕ ਕਰਨ ਦੀ ਕੀ ਸੁੱਜੀ ਤੈਨੂੰ ਤੇਰੇ ਨਿਆਣਿਆਂ ਨੂੰ ਪਤਾ ਲੱਗੂ ਤੋਲੇ ਝਾਟੇ ਚ ਸਿਰ ਤੋਲੇ ਝਾਟੇ ਸਿਰ ਖੇ ਪਉ ਤੇ ਜਿਹੜੀ ਖੇ ਉੱਡੂ ਉਹ ਵੱਖਰੀ ਮੈਂ ਰੌਂਚ ਬੋਲ ਗਿਆ ਤੂੰ ਵੀ ਬੱਸ ਐਵੇਂ ਉਹ ਛਿੱਥਾ ਪੈ ਗਿਆ ਕਿ ਪਹਿਲਾਂ ਮੇਰੀ ਗੱਲ ਤਾਂ ਸੁਣ ਮੈਂ ਤੋ ਕੁਝ ਵੱਧ ਬੋਲਿਆ ਗਿਆ ਸੀ ਮੈਂ ਚੁੱਪ ਦਾ ਅਸਰਾ ਲੈ ਲਿਆ ਰੋਹਿਤ ਰਿਸ਼ੀ ਨੇ ਵਿਸਕੀ ਦੇ ਗੁੱਸੇ ਦਾ ਘੁੱਟ ਇਕੱਠਾ ਭਰਿਆ ਮੁਸਕਰਾਟ ਉਹਦੇ ਬੁੱਲਾਂ ਤੇ ਫੈਲ ਗਈ ਸੌਰੀ ਯਾਰ ਕਸੂਰ ਮੇਰਾ ਹੀ ਹੈ ਮੈਨੂੰ ਚਾਹੀਦਾ ਸੀ ਤੈਨੂੰ ਦੱਸਦਾ ਕਿ ਲਵ ਲੈਟਰ ਕਿਹੜੇ ਕੰਮ ਆਉਣਗੇ ਇਸ਼ਕ ਪਿਆਰ ਦੇ ਖੱਤ ਤਾਂ ਇਸ਼ਕ ਪਿਆਰ ਦੱਸਣ ਲਈ ਹੁੰਦੇ ਨੇ ਹੋਰ ਕਿਹੜੇ ਕੰਮ ਆਉਣਗੇ ਉਹ ਗੈਰ ਗੰਭੀਰ ਹੋਇਆ ਬੋਲੇ ਵੇਖ ਅੱਜ ਕੱਲ ਖੱਤ ਗਵਾਚ ਗਏ ਨੇ ਕੋਈ ਕਿਸੇ ਨੂੰ ਖੱਤ ਨਹੀਂ ਲਿਖਦਾ ਨਾ ਪ੍ਰੇਮੀ ਨਾ ਪ੍ਰੇਮਕਾ ਉਹਨਾਂ ਨੂੰ ਖੱਤ ਲਿਖਣ ਦੀ ਜਾਚ ਵੀ ਭੁੱਲੀ ਹੋਈ ਹੈ ਜੇ ਭਲਾ ਪ੍ਰੇਮੀਆਂ ਨੂੰ ਹਰ ਮੌਕੇ ਲਈ ਲਿਖੇ ਲਖਾਈ ਖਤ ਲਾ ਪੈਣ ਨਿੱਕੇ ਨਿੱਕੇ ਤੇ ਕਵਿਤਾ ਨੂੰ ਮਾ ਪ੍ਰੇਮ ਪੱਤਰਾਂ ਦਾ ਵਿਹਾਰ ਵਪਾਰ ਨਾਲ ਵੀ ਕੋਈ ਰਿਸ਼ਤਾ ਹੁੰਦਾ ਹੈ ਭਲਾ ਉਹ ਰਿਸ਼ਤਾ ਮੈਨੂੰ ਥੋੜਾ ਥੋੜਾ ਦਿਸਣ ਲੱਗ ਪਿਆ ਸੀ ਅਗਲੇ ਛਿਨੋਂ ਨੇ ਗੋਟੀਆਂ ਖਿਲਾਰ ਦਿੱਤੀ ਵੇਖ ਪਣੀਤ ਜਦੋਂ ਪ੍ਰੇਮੀਆਂ ਨੂੰ ਉਹ ਖਤ ਗਰੀਟਿੰਗ ਕਾਰਡਾਂ ਵਾਂਗੂ ਸੋਹਣੇ ਤੇ ਕਲਾਮਈ ਛਪੇ ਹੋਏ ਮਿਲਣ ਲੱਗ ਪਏ ਫਿਰ ਤਾਂ ਤੂੰ ਵੇਖ ਲਈ ਭਾਵੇਂ ਉਹ ਖਤ ਮੈਨੂੰ ਵੀ ਅਮੀਰ ਕਰ ਦੇਣਗੇ ਤੇ ਤੈਨੂੰ ਵੀ ਇਸ ਕੀਆ ਖਤ ਲਿਖ ਲਿਖ ਕੇ ਵੀ ਕਦੀ ਕੋਈ ਅਮੀਰ ਹੋਇਆ ਰੋਹਿਤ ਰਿਸ਼ੀ ਦੀਆਂ ਗੱਲਾਂ ਕੁਝ ਅਜੀਬ ਲੱਗ ਰਹੀਆਂ ਸਨ ਉਸੇ ਵੇਲੇ ਸੂਹੇ ਚਾਨਣ ਵਿੱਚਲਾ ਹਨੇਰਾ ਕੁਝ ਗੁੜਾ ਹੋ ਗਿਆ ਸ਼ਾਇਦ ਕੋਈ ਲਾਲ ਬੱਤੀ ਬੁੱਝ ਗਈ ਸੀ ਮੇਰੀ ਆਸ਼ਕੀ ਦਾ ਜ਼ਬਾਨਾ ਕਦੋਂ ਦਾ ਬੀਚ ਚੁੱਕਿਆ ਸੀ ਵਿਛੜਣ ਵੇਲੇ ਤਾਂ ਵਿਛੜਣ ਵੇਲੇ ਤਾਂ ਮਿੱਤੀ ਨੇ ਮੇਰੇ ਸਾਹਮਣੇ ਹੋਏ ਖਤ ਵੀ ਮੈਨੂੰ ਸੌਂਪ ਦਿੱਤੇ ਸੀ ਮੇਰੀਆਂ ਪਿਆਰ ਭਰੀਆਂ ਚਿੱਠੀਆਂ ਤੇ ਟੁੱਟੇ ਭਜੇ ਸੁਪਨਿਆਂ ਵਾਲੀਆਂ ਚਿੱਠੀਆਂ ਇੱਕ ਪੁਰਾਣੇ ਚਿੱਬੇ ਟਰੰਕ 'ਚ ਬੰਦ ਪਈਆਂ ਸੀ ਉਹ ਟਰੰਕ ਪਿਛਲੇ ਕਈ ਸਾਲਾਂ ਤੋਂ ਮੇਰੇ ਘਰ ਦੇ ਪੁਰਾਣੇ ਸਮਾਨ ਨਾਲ ਹਨੇਰੇ ਕਮਰੇ ਦੀ ਪਰਛਾਤੀ ਤੇ ਪਿਆ ਸੀ। ਭਾਵਕ ਦਾ ਦੇ ਭਰੇ ਹੋਏ ਉਹ ਖੱਤ ਵੇਲਾ ਵਿਹਾ ਚੁੱਕੇ ਸਨ। ਉਹਨਾਂ ਖੱਤਾਂ ਨੂੰ ਹੁਣ ਮੈਂ ਕੀ ਕਰਨਾ ਸੀ? ਮੈਨੂੰ ਸੋਚੀ ਪਿਆ ਵੇ ਕਿ ਰੋਹਿਤ ਰਿਸ਼ੀ ਨੇ ਜ਼ੋਰ ਦੇ ਕੇ ਕਿਹਾ ਯਕੀਨ ਕਰੀ ਮੈਂ ਇਹ ਕੰਮ ਤੈਥੋਂ ਮੁਫਤ ਨਹੀਂ ਕਰਵਾਣਾ। ਉਹ ਮੇਰੇ ਸਾਹਮਣੇ ਲਗਾਤਾਰ ਪਹਾੜੋ ਸਰਦਾ ਰਿਹਾ। ਰੋਹਿਤ ਰਿਸ਼ੀ ਦੇ ਨਵੇਂ ਵਪਾਰ ਲਈ ਮੈਨੂੰ ਨਵੇਂ ਖੱਤ ਨਹੀਂ ਸੀ ਲਿਖਣੇ ਪੈਣੇ। ਥੋੜੀ ਜੀ ਤਰਮੀਮ ਪਿੱਛੋਂ ਪੁਰਾਣੇ ਸਾਰੇ ਖੱਤ ਵਰਤੋਂ ਚ ਆ ਜਾਣੇ ਸਨ। ਆਪਣੇ ਪਿਆਰ ਖਤਾਂ ਦਾ ਪਹਾੜ ਡਿੱਗ ਜਾਣ ਦੇ ਡਰੋਂ ਮੈਂ ਕੁਝ ਪਹਾੜਾਂ ਤੇ ਪੈ ਗਿਆ ਯਾਰ ਇਹ ਕੰਮ ਮੈਥੋਂ ਨਹੀਂ ਹੋਣਾ ਇਲਹਾਮ ਵਰਗੇ ਪਲ ਮੈਂ ਕਿੱਥੋਂ ਲੈ ਕੇ ਆऊं ਜੇ ਜਬਰੀ ਲਿਖਣ ਬੈਠਿਆ ਤਾਂ ਵੀ ਪੰਨਨੇ ਗਾ ਨਹੀਂ ਤੁਰਨਾ ਨਾ ਵੀਰ ਇਸ ਤਰ੍ਹਾਂ ਨਾ ਕਿ ਰੋਹਿਤ ਰਿਸ਼ੀ ਦੇ ਮੂੰਹੋਂ ਤਰਲੇ ਵਰਗੇ ਬੋਲ ਨਿਕਲੇ ਹੁਣ ਮੇਰੀ ਟੇਕ ਤੇਰੇ ਉੱਤੇ ਹੀ ਐ ਤੇ ਮੈਂ ਹੁੰਗਾਰਾ ਭਰਨ ਦੇ ਰੌਂਚ ਸਾਂ ਕਿ ਰੋਹਿਤ ਰਿਸ਼ੀ ਨੇ ਜੇਬ ਚੋਂ ਇੱਕ ਬੰਦ ਲਫਾਫਾ ਕੱਢਿਆ ਮੇਰੀ ਜੇਬ ਚ ਪਾ ਦਿੱਤਾ ਫਿਲਹਾਲ ਇਹ ਨਿੱਕਾ ਜਿਹਾ ਚੈੱਕ ਕਬੂਲ ਕਰੇ ਅਗਲਾ ਭਾਗ ਉਹ ਕੁੜੀ ਜੋ ਮੇਰੇ ਸੁਪਨੇ ਅੰਚ ਹੁੰਦੀ ਸੀ ਉਹਦੇ ਕੋਲੋਂ ਮੇਰੀ ਜ਼ਿੰਦਗੀ 'ਚ ਨਹੀਂ ਸੀ ਆਇਆ ਗਿਆ ਮੇਰੀ ਵਫਾ ਸਾਲਮ ਸੀ ਜ਼ਿੰਦਗੀ ਸਾਲਮ ਨਹੀਂ ਸੀ ਰੋਹਿਤ ॠषि ਨੇ ਮੇਰੇ ਮੋਏ ਹੋਏ ਅਤੀਤ ਨੂੰ ਖੁਰਚ ਖੁਰਚ ਕੇ ਟਸ ਟਸ ਕਰਨ ਲਾ ਦਿੱਤਾ ਸੀ ਮਨ ਦੀ ਭਾਵਕਤਾ ਨੂੰ ਅੱਖੋਂ ਪਰੋਖਾ ਕਰਨ ਲਈ ਮੈਂ ਮੁੱਦੇ ਦੀ ਗੱਲ ਨੂੰ ਗਾਂਧ ਤੋਰਿਆ ਚੱਲ ਪਹਿਲਾਂ ਆਪਾਂ ਇੱਕ ਕਹਾਣੀ ਬੁਣ ਲਈਏ ਕਹਾਣੀ ਕਹਾਣੀ ਕਾਦੇ ਲਈ ਕਹਾਣੀ ਵਿੱਚੋਂ ਆਪਾਂ ਉਹ ਮੌਕੇ ਲੱਭ ਲਵਾਂਗੇ ਜਿਸ ਅਨੁਸਾਰ ਖਤ ਚਾਹੀਦੇ ਨੇ ਬਹੁਤ ਖੂਬ ਉਹ ਚਾਚ ਲਗਪਗ ਉੱਛਲ ਹੀ ਪਿਆ ਇਹ ਗੱਲ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਆਈ ਤੇ ਕਹਾਣੀ ਦਾ ਨਾਂ ਕੀ ਰੱਖੇਗਾ ਇੱਕ ਕਹਾਣੀ ਕਵਿਤਾ ਵਾਂਗੂ ਵਾਹ ਮੈਂ ਮੁੱਢ ਬੰਨਿਆ ਇੱਕ ਸੀ ਕੁੜੀ ਤੇ ਇੱਕ ਸੀ ਮੁੰਡਾ ਨਹੀਂ ਇਸ ਤਰ੍ਹਾਂ ਨਹੀਂ ਰੋਹਿਤ ਰਿਸ਼ੀ ਕੁਝ ਵਧੇਰੇ ਜੋਸ਼ 'ਚ ਸੀ ਉਹ ਸਟੋਕ ਦਿੱਤਾ ਪਹਿਲਾਂ ਗਲਾਸ ਖਾਲੀ ਕਰੀਏ ਫਿਰ ਇੱਕ ਇੱਕ ਲੱਬ ਪੈਗ ਲਵਾਂਗੇ ਇਹ ਜਸ਼ਨ ਦਾ ਵੇਲਾ ਯਾਰ ਭਾਵ ਖੋਵਾਂਗੇ ਤਾਂ ਕੁਝ ਹੋਰ ਟਕਣ ਵੀ ਖੁੱਲਣਗੇ ਫੇਰ ਵੇਖੀ ਕਹਾਣੀ ਦੇ ਨਾਲ-ਨਾਲ ਚਿੱਠੀਆਂ ਵੀ ਅੰਦਰੋਂ ਫੁੱਟਣਗੀਆਂ ਜਿਵੇਂ ਪੱਥਰਾਂ ਚੋਂ ਆਬਸ਼ਾਰ ਫੁੱਟਦੀ ਹੈ ਲਬ ਪੈਗ ਹੱਥ ਚਾਏ ਤਾਂ ਰੋਹਿਤ ਰਿਸ਼ੀ ਦਾ ਹੱਥ ਅਸਮਾਨ ਵੱਲ ਲਹਿਰਾਇਆ ਇੱਕ ਕਹਾਣੀ ਕਵਿਤਾ ਵਾਂਗੂ ਅਗਲਾ ਭਾਗ ਰੋਹਿਤ ਸੁਣ ਕਹਾਣੀ ਪਹਿਲੇ ਇਸ਼ਕ ਦੀ ਮੈਂ ਗਲਾਸ 'ਚ ਸ਼ਰਾਬ ਦਾ ਲੰਮਾ ਘੁੱਟ ਭਰਿਆ ਕੁਝ ਨਮਕੀਨ ਚਿੱਠੀਆਂ ਤੇ ਕਹਾਣੀ ਦੀ ਬੁਣਤੀ ਸ਼ੁਰੂ ਕਰ ਦਿੱਤੀ। ਮੁੰਡਾ ਕਾਲਜ 'ਚ ਨਵਾਂ-ਨਵਾਂ ਦਾਖਲ ਹੋਇਆ ਸੀ। ਕੁੜੀ ਪੋਲੇ-ਪੋਲੇ ਪੱਬ ਧਰ ਦੀ ਕੋਲੋਂ ਦੀ ਲੰਘ ਗਈ। ਪਤਾ ਨਹੀਂ ਇਹੋ ਜਿਹਾ ਕੀ ਸੀ ਉਸ ਕੁੜੀ 'ਚ। ਦਿਲ ਨੇ ਡੁੱਬੂ-ਡੁੱਬੂ ਕੀਤਾ ਤੇ ਮੁੰਡ ਤੈਰ ਪਿਆ। ਰੱਬਾ ਇਹ ਕੁੜੀ ਮੇਰੀ ਹੋ ਜਾਏ। ਮੁੰਡੇ ਨੇ ਕਿਸੇ ਪੀਰ ਫਕੀਰ ਦੀ ਦਰਗਾਹ ਤੇ ਸੁਖਣਾ ਸੁਖ ਲਈ। ਉਹ ਕੁੜੀ ਮੁੰਡੇ ਵਾਲੀ ਜਮਾਤ 'ਚ ਪੜਦੀ ਸੀ। ਉਨੇ ਦਿਨ ਇਹੋ ਜੀ ਖੁੱਲ ਨਹੀਂ ਸੀ ਕਿ ਆਪਸ ਵਿੱਚ ਗੱਲਾਂ ਕਰਨ। ਮੁੰਡਾ ਜਦੋਂ ਵੀ ਪੜਨ ਲਈ ਕਿਤਾਬ ਖੋਲਦਾ ਤਾਂ ਕੁੜੀ ਅੱਖਰਾਂ ਦੇ ਉਹਲਿਓਂ ਝਾਕਣ ਲੱਗ ਪੈਂਦੀ। ਫਿਰ ਮੁੰਡਾ ਰਾਤ ਵੇਲੇ ਤਾਰੇ ਵੀ ਗਿਣਨ ਲੱਗ ਪਿਆ। ਤੇ ਇੱਕ ਦਿਨ ਮੁੰਡੇ ਨੇ ਕੋਰੇ ਕਾਗਜ਼ ਨੂੰ ਆਪਣੇ ਮਨ ਦੀ ਗੱਲ ਕਹਿ ਦਿੱਤੀ ਤੇ ਉਹ ਕਾਗਜ਼ ਇੱਕ ਕਿਤਾਬ ਦੀ ਜਿਲਦ ਵਿੱਚ ਲੁਕਾ ਦਿੱਤਾ। ਕਿਤਾਬ ਕੁੜੀ ਤੱਕ ਪੁੱਜਦੀ ਕਰਨਾ ਸਮੁੰਦਰ ਤੈਰ ਕੇ ਦੂਸਰੇ ਕਿਨਾਰੇ ਤੇ ਜਾਣ ਵਾਂਗ ਸੀ ਤੇ ਇੱਕ ਦਿਨ ਮੁੰਡੇ ਨੇ ਸਮੁੰਦਰ ਤੈਰ ਲਿਆ। ਕੁੜੀ ਨੇ ਕਿਤਾਬ ਮੁੰਡੇ ਦੇ ਹੱਥੋਂ ਫੜ ਲਈ ਬਿਨਾਂ ਕੁਝ ਕਹੇ ਉੱਥੋਂ ਤੁਰ ਪਈ। ਮੁੰਡਾ ਥਾਈਂ ਖੜਾ ਕੰਬਦਾ ਰਿਹਾ ਜਿਵੇਂ ਟ੍ਰੇਲ ਦੇ ਭਾਰ ਨਾਲ ਪੱਤਾ ਕੰਬਦਾ ਹੈ। ਇਹ ਸੀ ਉਹ ਪਹਿਲਾ ਪਹਿਲਾ ਖੱਤ ਮੁੰਡੇ ਤੇ ਕੁੜੀ ਦੇ ਇਸ਼ਕ ਦੀ ਸ਼ੁਰੂਆਤ ਦਾ। ਮੈਂ ਇਸੇ ਤਰ੍ਹਾਂ ਬੋਲਿਆ ਜਿਵੇਂ ਅਦਨ ਬਾਗ ਤੋਂ ਕੋਈ ਫਰਮਾਨ ਜਾਰੀ ਕੀਤਾ ਹੋਵੇ। ਹੁਣ ਬਣੀਉ ਗੱਲ ਉਹ ਖੁਸ਼ੀ ਚ ਉੱਛਲ ਪਿਆ। ਕੁੜੀ ਨੂੰ ਕਹਿ ਖੱਤ ਜ਼ਰਾ ਉੱਚੀ ਪੜੇ ਮੈਂ ਵੀ ਸੁਣ ਲਵਾਂ ਕੀ ਲਿਖਦਾ ਹੈ ਕੁੜੀ ਦਾ ਪ੍ਰੇਮੀ। ਉਸ ਵੇਲੇ ਖੱਤ ਚਿੱਬੇ ਟਰੰਕ ਚੋਂ ਨਿਕਲ ਕੇ ਪਰਛਤੀ ਤੋਂ ਹੇਠਾਂ ਉਤਰ ਆਇਆ। ਸਾਹਾਂ ਚ ਜਾਗੇ ਬੰਸੀ ਦੇ ਸੁਰਾਂ ਖਾਤਰ ਅੱਖਾਂ ਦੇ ਖੁਸ਼ਬੂਦਾਰ ਸੁਪਨਿਆਂ ਲਈ ਮੈਂ ਸੁਹਾ ਫੁੱਲ ਭੇਜ ਰਿਆਂ ਮੁਹੱਬਤ ਦੇ ਅਰਥਾਂ ਸਮੇਤ ਤੇਰੇ ਲਈ ਦਰਅਸਲ ਮੈਂ ਤੁਰਪਿਆਂ ਤੇਰੇ ਵੱਲ ਵਿਸ਼ਵਾਸ ਦੇ ਸਾਬਤ ਕਦਮ ਮੈਂ ਵੇਖ ਸਕਦਾ ਹੁਣ ਆਪਣੇ ਦੁਰ ਅੰਦਰ ਦੂਰ ਦੂਰ ਤੱਕ ਤੇਰੀਆਂ ਪੈਰਾਂ ਦੇ ਨਿਸ਼ਾਨ ਤੂੰ ਸ਼ਾਇਦ ਖੁਆਬ ਵਿੱਚ ਕੁਝ ਪੈਰ ਮੇਰੇ ਨਾਲ ਤੁਰੇ ਹੋਵੇ ਅੱਖਾਂ 'ਚ ਬਾਲੇ ਹੁਣ ਸੰਦਲੀ ਚਿਰਾਗ ਦਿਲ ਚ ਬਣਾ ਲਿਆ ਹੋਵੇ ਇੱਕ ਤਲਸਮੀ ਮਹੌ ਮਹਿਲ ਤੇ ਮਨ ਦੀ ਖੁਸ਼ਬੂ ਲਈ ਕਿਣਮਣ ਲੱਭ ਲਈ ਹੋਵੇ ਚੱਲ ਕੁਝ ਇਸ ਤਰ੍ਹਾਂ ਕਰੀਏ ਕਿ ਹੱਥ ਫੜ ਕੇ ਤੁਰੀਏ ਕਿ ਪੋਰਾ ਦੀ ਮਹਿਕ ਹਾਸਲ ਬਣੇ ਤੇ ਪੰਛੀਆਂ ਦੀ ਚਹਿ ਚਹਾਟ ਆਪਣਾ لباس ਹੋਵੇ ਹੁਣ ਵੇਲਾ ਹੈ ਜ਼ਿੰਦਗੀ ਦੇ ਹੁਸਨ ਸਫੇ ਉੱਤੇ ਮੁਹੱਬਤ ਲਿਖਣ ਦਾ ਆ ਮੁਹੱਬਤ ਲਿਖੀਏ ਨੈਕਸਟ ਕੱਟ ਸੀਨ ਓਕੇ ਹੋ ਗਿਆ ਰੋਹਿਤ ਰਿਸ਼ੀ ਨੇ ਸਿਆਣੇ ਫਿਲਮ ਨਿਰਦੇਸ਼ਕ ਵਾਂਗੂ ਅਗਲਾ ਦ੍ਰਿਸ਼ ਸਮਝਾਇਆ ਵੇਖ ਪੁਨੀਤ ਮੁੰਡੇ ਦੇ ਪਹਿਲੇ ਖੱਤ ਤੋਂ ਵੀ ਪਹਿਲਾਂ ਕੁੜੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਕੋਈ ਉਹਦੇ ਲਈ ਹੌਕੇ ਭਰਦਾ ਸੀ ਕੋਈ ਉਦਾਸ ਸੀ ਉਹਦੇ ਲਈ ਕੋਈ ਉਹਨੂੰ ਪਿਆਰ ਕਰਦਾ ਸੀ ਕੁੜੀ ਦਾ ਮਨ ਵੀ ਸੁਣਨਾ ਖੇਤ ਸੀ ਕੁੜੀ ਨੇ ਮੁੰਡੇ ਦੇ ਖੱਤ ਦੀ ਸਾਰੀ ਮੁਹੱਬਤ ਮਨ ਚ ਬੀਜ ਲਈ ਤੇ ਫਿਰ ਕੁੜੀ ਨੇ ਹੰਗਾਰਾ ਭਰ ਦਿੱਤਾ ਪੁਨੀਤ ਮੈਨੂੰ ਹੁਣ ਦੱਸ ਕੁੜੀ ਨੇ ਜਵਾਬ ਚ ਕੀ ਲਿਖਿਆ ਸੀ ਚਿੱਬੇ ਟਰੰਕ ਦਾ ਢੱਕਣ ਖੁੱਲ ਚੁੱਕਿਆ ਸੀ ਬਿਨਾ ਪੌੜੀਆਂ ਵਾਲੀ ਪਰਛਤੀ ਨੂੰ ਪੌੜੀਆਂ ਲੱਗ ਗਈਆਂ ਮੈਂ ਵੇਖ ਲਿਆ ਹੈ ਤੇਰਾ ਹੱਥ ਆਪਣੇ ਵੱਲ ਖੁਸ਼ਬੂ ਨੇ ਦੱਸ ਦਿੱਤਾ ਹੈ ਕਿ ਉਹ ਤੂੰ ਹੀ ਹੈ ਜਿਸ ਕੋਲ ਫੁੱਲ ਸੀ ਤੇ ਮੇਰੀ ਉਡੀਕ ਸੀ ਜਿਸ ਦੇ ਸਾਥ ਨਾਲ ਮੈਂ ਪੋੜੀ ਤੋਂ ਗੁਲਾਬ ਹੋਣਾ ਜਿਸ ਦੇ ਨਾਲ ਤੁਰਦਿਆਂ ਖਿੜਨਾ ਹੈ ਜ਼ਿੰਦਗੀ ਦਾ ਕਮਲ ਤੇ ਰਾਹਾਂ ਦੇ ਕੰਡਿਆਂ ਨੇ ਪੋਟਿਆਂ ਨੂੰ ਕੁਝ ਨਹੀਂ ਕਹਿਣਾ ਜੋ ਕੁਝ ਵੀ ਕਹਿਣਾ ਹੈ ਮੇਰੀ ਚੁੱਪ ਨੇ ਕਹਿਣਾ ਹੈ ਮੇਰੀ ਨਜ਼ਰ ਨੇ ਦੱਸਣਾ ਹੈ ਕਿ ਤੂੰ ਮੇਰਾ ਆਕਾਸ਼ ਬਣ ਮੇਰਾ ਵਿਸ਼ਵਾਸ ਬਣ ਮੇਰਾ ਲਿਬਾਸ ਬਣ ਹੁਣ ਮੈਂ ਪੁਲ ਤਾਮੀਰ ਕੀਤਾ ਹੈ ਤਾਂ ਤੂੰ ਵੀ ਤਰ ਉਸ ਉੱਤੇ ਸਾਵੇਂ ਕਦਮ ਤੇਰੇ ਹੁੰਗਾਰੇ ਚੋਂ ਮੈਂ ਲੱਭ ਲਿਆ ਆਪਣੀ ਮੁਹੱਬਤ ਦਾ ਵਤਨ ਸਾਹਾਂ ਦਾ ਹਾਸਲ ਮੈਂ ਤੇਰੀ ਮੁਹੱਬਤ ਖੁੱਲੀਆਂ ਬਾਹਾਂ ਨਾਲ ਕਬੂਲ ਕਰਦੀ ਹਾਂ ਨੈਕਸਟ ਸਪਨਿਆਂ ਦੇ ਪੰਛੀ ਖੁੱਲੇ ਅਸਮਾਨ 'ਚ ਉਡਾਰੀਆਂ ਭਰਦੇ ਸਨ ਪਰ ਧਰਤੀ ਬੰਦਸ਼ਾਂ 'ਚ ਘिरी ਹੋਈ ਸੀ। ਉੱਥੇ ਇਸ ਤਰ੍ਹਾਂ ਦੀ ਖੁੱਲ ਨਹੀਂ ਸੀ ਕਿ ਮੁੰਡਾ ਕੁੜੀ ਕਾਲਜ ਦੇ ਲਾਂਚ 'ਚ ਬੈਠ ਕੇ ਸ਼ਰਿਆਮ ਮੰਦੀਆਂ ਗੱਲਾਂ ਕਰਨ। ਇਹ ਰਿਵਾਜ ਹੀ ਨਹੀਂ ਸੀ ਕਿ ਉਹ ਕਾਲਜ ਦੀ ਕੈਂਟੀਨ 'ਚ ਆਮੋ ਸਾਹਮਣੇ ਬੈਠਣ। țeੜਕੇ ਕੱਪਾਂ ਵਿੱਚੋਂ ਚਾਹ ਪੀਣ ਕੱਪ ਵਟਾ ਲੈਣ ਇੱਕ ਦੂਜੇ ਦੀ ਝੂਠੀ ਚਾਹ ਪੀ ਕੇ ਪਿਆਰ ਨੂੰ ਹੋਰ ਪੱਕਾ ਕਰਨ। ਕਾਲਜ ਵਿੱਚ ਤਾਂ ਉਹ ਬੱਸ ਇੱਕ ਦੂਜੇ ਨੂੰ ਚੋਹਰ ਨਜ਼ਰਾਂ ਨਾਲ ਵੇਖਦੇ ਸਨ। ਮਹੀਨ ਜੀ ਮੁਸਕਰਾਟ ਬੁੱਲਾਂ ਉਤੇ ਖੇਡਦੀ ਸੀ ਚੁੱਪ ਕਿੰਨੀਆਂ ਸਾਰੀਆਂ ਬਾਤਾਂ ਪਾ ਕੇ ਕੋਲੋਂ ਦੀ ਲੰਘ ਜਾਂਦੀ ਸੀ ਕਟ ਇਸ ਵਾਰ ਸੀਨ ਓਕੇ ਨਹੀਂ ਹੋਇਆ ਕਿੱਥੇ ਆ ਚਿੱਠੀ ਇੱਥੇ ਵੀ ਤਾਂ ਚਿੱਠੀ ਆਉਣੀ ਚਾਹੀਦੀ ਸੀ ਨਾ ਰੋਹਿਤ ਰਿਸ਼ੀ ਨੂੰ ਕਹਾਣੀ 'ਚ ਖੱਪਾ ਦਿਸ ਰਿਹਾ ਮੈਂ ਹੱਸ ਕੇ ਲੱਬ ਪੈਗ ਕੁਝ ਨੇੜੇ ਸਰਕਾ ਲਿਆ ਯਾਰ ਇੱਕ ਹੀ ਕਿਉਂ ਬਹੁਤ سارے ਖਤ ਆਉਣਗੇ ਇੱਥੇ ਅਸਮਾਨ ਚ ਉੱਡਦੇ ਪੰਛੀ ਵੀ ਤਾਂ ਕਈ ਹੁੰਦੇ ਨੇ ਤੇ ਅੱਧ ਖੁੱਲੇ ਟਰੰਕ ਦੇ ਢੱਕਣ 'ਚ ਕਿੰਨੇ ਸਾਰੇ ਖਤ ਬਾਹਰ ਝਾਕੇ ਮੈਂ ਉਹਨਾਂ ਨੂੰ ਵਰਜ ਦਿੱਤਾ ਤੁਸੀਂ ਆਪਣੀਆਂ ਝੁੰਝਾਂ ਫੇਰ ਖੋਲਿਓ ਕਦੀ ਤੇ ਮੈਂ ਚਾਹੁੰਦਾ ਸਾਂ ਉਪਰਿੰਦੇ ਅਸਮਾਨ 'ਚ ਤਾਰੀਆਂ ਲਾਉਣ ਪਰ ਇਕੱਠੇ ਹੀ ਨਾ ਪਰ ਫੜਫੜਾਉਣ ਲੱਗ ਪੈਣਾ ਲੱਗ ਪੈਗ ਦੇ ਉਹਨਾ ਹੋਣ ਪਿੱਛੇ ਰੋਹਿਤ ਰਿਸ਼ੀ ਵੀ ਉਡਾਰੀਆਂ ਮਾਰਨ ਲੱਗ ਪਿਆ ਸੀ ਅਗਾਹ ਵੱਲ ਉੱਲਰਦਿਆਂ ਉਸ ਫੇਰ ਆਖਿਆ ਕਿੱਥੇ ਆਉ ਖਤ ਇੱਕ ਖਤਾਬ ਮੁਹਾਰਾ ਬੋਲਣ ਲੱਗ ਪਿਆ ਤੇਰੇ ਕੁਝ ਕੋ ਬੋਲਾਂ ਨੇ ਆਪਸ਼ਾਰ ਬਣਾ ਦਿੱਤਾ ਹੈ ਮੈਨੂੰ ਪਥਰਾਂ ਨਾਲ ਹਸਦੀ ਖੇਡਦੀ ਮੈਂ ਨਦੀ ਹੋ ਗਈ ਆ ਨਦੀ ਤੁਰ ਪਈ ਐ ਸਮੁੰਦਰ ਬਣਨ ਦੀ ਤਾੰਗ ਵਿੱਚ ਮੈਨੂੰ ਪਿਆਰ ਆਉਂਦਾ ਐ ਰਾਹ ਦੇ ਫੁੱਲਾਂ ਝਾੜੀਆਂ ਤੇ ਰੁੱਖਾਂ ਉੱਤੇ ਕਿਨਾਰੇ ਦੀ ਰੇਤ ਉੱਤੇ ਖਿਲਰੇ ਘੋਗੇ ਸਿੱਪੀਆਂ ਉੱਤੇ ਘੋਗੇ ਸਿੱਪੀਆਂ ਨਾਲ ਖੇਡਦੇ ਬਾਲਾਂ ਉੱਤੇ ਗਿਆਨੀ ਤੇਰੇ ਉੱਤੇ ਮੇਰੇ ਲਈ ਹਰ ਸ਼ੈਜ ਤੂੰ ਹੋ ਗਿਆ ਹੈ ਹਵਾ ਵਿੱਚ ਸਾਹਾਂ ਵਿੱਚ ਤੇ ਮੇਰੇ ਅੰਦਰ ਹੁਣ ਤੂੰ ਸਮੁੰਦਰ ਹੀ ਰਹੀ ਮੈਂ ਤੇਰੀਆਂ ਲਹਿਰਾਂ 'ਚ ਹੱਸਾਂਗੀ ਤੇਰੇ ਕਿਨਾਰਿਆਂ ਨਾਲ ਖੇਡਾਂਗੀ ਤੇਰੀ ਝੱਗ 'ਚ ਸਰਸਾਰ ਹੋਵਾਂਗੀ ਮੈਂ ਜਦੋਂ ਵੀ ਪਹੁੰਚੀ ਤੇਰੇ 'ਚ ਰਲ ਕੇ ਸਮੁੰਦਰ ਹੋਵਾਂਗੀ ਹੁਣ ਤੂੰ ਸਮੁੰਦਰ ਹੀ ਰਹੀ ਕਾਲਜ ਦੇ ਵਰੀ ਮੁੱਕਣ ਵਾਲੇ ਹੋ ਗਏ ਮੁੰਡੇ ਨੂੰ ਹੌਲ ਪਿਆ ਕੁੜੀ ਵੀ ਉਦਾਸ ਹੋ ਗਈ ਕੁਝ ਤਾਂ ਕਰਨਾ ਹੀ ਚਾਹੀਦਾ ਸੀ ਉਹ ਦੋਵੇਂ ਬੜੇ ਚਿਰਾਂ ਤੋਂ ਆਪੋ ਆਪਣੇ ਪਰਛਾਵੇਂ ਅੰਦਰ ਸਹਵੇਂ ਹੋਏ ਬੈਠੇ ਸਨ ਉਹਨਾਂ ਪਰਛਾਵੇਂ ਤੋਂ ਬਾਹਰ ਵੱਲ ਪੈਰ ਪੁੱਟ ਲਿਆ ਫਿਰ ਉਸ ਸ਼ਹਿਰ ਦੀਆਂ ਸੜਕਾਂ ਤੇ ਤੁਰਨ ਲੱਗ ਪਏ ਸੁਪਨਿਆਂ ਦੀ ਉਂਗਲ ਫੜ ਕੇ ਝੂਮਦੇ ਰੁੱਖਾਂ ਦੇ ਨਾਲ-ਨਾਲ ਉਹਨਾਂ ਝੱਕਦੇਆਂ ਝੱਕਦੇ ਇੱਕ ਦੂਜੇ ਦਾ ਹੱਥ ਵੀ ਫੜ ਲਿਆ ਇੱਕ ਦਿਨ ਕੁੜੀ ਸੈਮੀ ਹੋਈ ਮੁੰਡੇ ਦੇ ਮੋਢੇ ਨਾਲ ਲੱਗ ਗਈ ਮੈਨੂੰ ਡਰ ਲੱਗਦਾ ਇਹਨਾਂ ਸੜਕਾਂ ਨੇ ਪਟਕਣਾ ਦੇਣੀ ਹੈ ਮੁਹੱਬਤ ਨਹੀਂ ਦੇਣੀ ਘੜੀ ਪਲ ਸਾਹ ਲੈਣ ਲਈ ਉਦੋਂ ਪਾਰਕ 'ਚ ਬੈਠੇ ਸਨ ਕੁੜੀ ਨੇ ਇੱਕ ਖੱਤ ਮੁੰਡੇ ਦੇ ਹੱਥ ਫੜਾ ਦਿੱਤਾ ਮੁੰਡੇ ਨੇ ਝਟ ਆਪਣਾ ਦੂਜਾ ਹੱਥ ਖੱਤ ਤੇ ਰੱਖ ਦਿੱਤਾ ਜਿਵੇਂ ਉਹਨੇ ਤਿਤਲੀ ਦਬੋਚ ਲਈ ਹੋਵੇ ਉਹਨਾਂ ਦਿਨਿਓਂ ਕੰੰਧਾਂ ਕੌਲੇਆਂ ਦਾ ਓਲਾ ਵੀ ਭਾਲਣ ਲੱਗ ਪਏ ਸਨ। ਮੁੰਡੇ ਨੇ ਹਸਰਤ ਵਰਗਾ ਹੌਕਾ ਭਰਿਆ ਸੀ। ਜੇ ਕੰੰਧਾਂ ਕੌਲੇ ਘਰ ਹੁੰਦੇ ਤਾਂ ਚੰਗਾ ਸੀ। ਉਹ ਹੌਕਾ ਮੁੰਡੇ ਨੇ ਇਕੱਲੇ ਨੇ ਨਹੀਂ ਸੀ ਭਰਿਆ। ਕੁੜੀ ਨੇ ਵੀ ਭਰਿਆ ਸੀ। ਤੇ ਦਿਨ ਭਰ ਦੀ ਪਟਕਣਾ ਤੋਂ ਪਿਛੋਂ ਸ਼ਾਮ ਵਾਲੇ ਖੱਤ ਨੇ ਵੀ ਅਣਬੋਲੇ ਨੂੰ ਬੋਲ ਦਿੱਤੇ ਸਨ। ਮੈਂ ਜੋ ਕਹਿਣਾ ਸੀ ਕਿਹਾ ਨਹੀਂ ਤੈਨੂੰ। ਜੋ ਸੁਣਨਾ ਸੀ ਤੈਥੋਂ ਬੋਲ ਨਹੀਂ ਹੋਇਆ। ਆਪਾਂ ਹੁਣ ਇਸ ਤਰ੍ਹਾਂ ਕਰੀਏ ਕਿ ਖੰਭ ਲਾ ਲਈਏ। ਕੁਝ ਆਪਣੇ ਮੋਢਿਆਂ ਉੱਤੇ ਤੇ ਕੁਝ ਕੁ ਸ਼ਬਦਾਂ ਨੂੰ ਇੰਨਾ ਉਡਿਏ ਕਿ ਕਾਇਨਾਤ ਨਿੱਕੀ ਪੈ ਜਾਏ ਸ਼ਬਦ ਰੂ ਲਈ ਰੁਮਕਦੀ ਪੌਣ ਹੋ ਜਾਵਣ ਪਰਵਾਜ਼ ਲਈ ਪਰ ਤੋਲਦੇ ਪੰਛੀ ਸਾਡੇ ਲਈ ਸੰਗੀਤ ਸਿਰਜਣ ਤੇ ਚਹ ਚਹਾਟ ਦੇ ਗੀਤ ਗਾਉਣ ਉਦੋਂ ਸ਼ਬਦ ਭਾਵੇਂ ਮਹਿਜ਼ ਸ਼ਬਦ ਹੀ ਰਹਿਣ ਤੇਰੇ ਜਿਸਮ ਦੀ ਮਹਿਕ ਖੁਦ ਬੋਲੇ ਕਿ ਤੂੰ ਮੇਰੀ ਮੁਹੱਬਤ ਹੈ ਮੇਰੇ ਸਾਹਾਂ ਦੀ ਇਬਾਰਤ ਹੀ ਹੋਵੇ ਕਿ ਮੈਂ ਤੇਰੀ ਮੁਹੱਬਤ ਹਾਂ ਮੈਂ ਜੋ ਕਹਿਣਾ ਸੀ ਕਿਹਾ ਨਹੀਂ ਤੈਨੂੰ ਮੈਂ ਜੋ ਸੁਣਨਾ ਸੀ ਤੇਥੋਂ ਬੋਲ ਨਹੀਂ ਹੋਇਆ ਅਗਲਾ ਪੰਕ ਸੰਗ ਦਾ ਸੁਹਾ ਰੰਗ ਹੌਲੀ-ਹੌਲੀ ਫਿੱਕਾ ਹੁੰਦਾ ਰਿਹਾ ਸੰਕੋਚ ਦੇ ਬਸਤਰ ਉਤਰਦੇ ਰਹੇ ਚਿੱਠੀਆਂ ਅੰਬਰ ਤੋਂ ਅੰਬਾਰ ਹੋ ਗਈਆਂ ਪਿਆਸ ਫੈਲਦੀ ਰਹੀ ਤੇ ਫੇਰ ਰੇਤ ਥਲ ਹੋ ਗਈ ਮੁੰਡੇ ਨੇ ਲਿਖਿਆ ਖਤਾਂ ਤੋਂ ਮੇਰੀ ਤੇ ਦਾ ਅੰਦਾਜ਼ਾ ਤੋਲਾ ਲਿਆ ਹੋਵੇਗਾ ਮੇਰੇ ਹਰਫਾਂ ਨੂੰ ਲੱਭ ਲੈ ਹੋਣਗੇ ਮੱਤਬੀ ਜੇ ਸੁਪਨੇ ਪੜ ਲਈਆਂ ਹੋਣਗੀਆਂ ਲਾਟ ਵਾਂਗੂੰ ਡੋਲਦੀਆਂ ਮੇਰੀਆਂ ਸਾਰੀਆਂ ਇੱਛਾਵਾਂ ਤੇ ਫਿਰ ਆਪ ਵੀ ਡੋਲਦੀ ਰਹੀ ਹੋਏਂਗੀ ਪਾਣੀ ਦੀ ਹਿੱਕ ਉੱਤੇ ਰੁਕੀ ਹੋਈ ਬੇੜੀ ਦੀ ਤਰ੍ਹਾਂ ਉਦੋਂ ਦੋਵੇਂ ਖਤਾਂ 'ਚ ਤੋਖਲਿਆ ਦੀ ਇੱਛਾਵਾਂ ਦੀਆਂ ਗੱਲਾਂ ਵੀ ਕਰਨ ਲੱਗ ਪਏ ਸਨ ਉਹਨਾਂ ਦੀ ਤਵੱਕਕ ਦਿਨ ਬਦ ਦਿਨ ਵੱਡੀ ਹੋ ਰਹੀ ਸੀ ਤੇ ਸੰਸੇ ਵੀ ਕੁਝ ਹੋਰ ਵੱਡੇ ਹੋ ਗਏ ਸਨ ਕੁੜੀ ਨੇ ਲਿਖਿਆ ਮੈਂ ਸੁਣਿਆ ਤੁਰਿਸ਼ਤਾ ਕੱਚੀ ਪੈਨਸਲ ਨਾਲ ਲਿਖਦਾ ਹੈ ਤੇ ਰਬੜ ਨਾਲ ਮੀਟ ਦਿੰਦਾ ਹੈ ਮੈਂ ਰਿਸ਼ਤਾ ਪੱਥਰ ਤੇ ਲਿਖਦੀਆਂ ਤਾਂ ਉਹ ਖੁਣਿਆ ਜਾਂਦਾ ਹੈ ਮੈਂ ਅੱਖਾਂ 'ਚ ਲਿਖਦੀਆਂ ਤਾਂ ਉਹ ਸੁਪਨਿਆਂ ਨੂੰ ਬਣਦਾ ਹੈ ਮੈਂ ਰਾਤਾਂ 'ਚ ਲਿਖਦੀਆਂ ਤਾਂ ਉਹ ਚੰਨ ਦੀਆਂ ਰਿਸ਼ਮਾਂ ਲਪੇਟ ਲੈਂਦਾ ਹੈ ਮੈਂ ਦਿਲ ਤੇ ਲਿਖਦੀਆਂ ਤਾਂ ਮੁਹੱਬਤ ਦੀ ਇਬਾਰਤ ਬਣਦਾ ਹੈ ਮੈਂ ਰਿਸ਼ਤਾ ਲਿਖਦੀ ਨਹੀਂ ਮੁਹੱਬਤ ਨੂੰ ਲਿਖ ਲਿਆ ਤੂੰ ਪੜ ਸਕਦਾ ਹੈ ਤਾਂ ਉਸ ਇਬਾਰਤ ਨੂੰ ਪੜ ਇਹ ਵੀ ਪੜ ਕਿ ਇਬਾਰਤ ਕਿਸ ਤਰ੍ਹਾਂ ਬਣਦੀ ਹੈ ਇਬਾਦਤ ਇਸ ਇਬਾਦਤ ਵਿੱਚ ਵਫਾ ਦਾ ਸਫ਼ਰ ਸ਼ੁਰੂ ਹੋਇਆ ਹੈ ਤੇ ਜੇ ਤੂੰ ਵੀ ਪੈਰ ਪੁੱਟਣਾ ਤਾਂ ਰਿਸ਼ਤੇ ਨੂੰ ਖੁਸ਼ਬੂ ਦੀ ਕਲਮ ਨਾਲ ਦਿਲ ਉੱਤੇ ਲਿਖ ਜੇ mohabbat ਕਰਦਾ ਹੈ ਤਾਂ ਵਫਾ ਦੀ ਉਂਗਲ ਫੜ ਕੇ ਨਾਲ ਤੁਰ ਬਸ ਨਾਲ ਤੁਰ ਅਗਲਾ ਮੁੰਡੇ ਨੇ ਜਿਹੜਾ ਆਖਰੀ ਖੱਤ ਲਿਖਿਆ ਉਹ ਆਸਵਰਗਾ ਵੀ ਸੀ ਤੇ ਬਿਆਸਟਾ ਵੀ ਖੱਤ ਉਸ ਖੁਸ਼ੀ ਵਰਗਾ ਸੀ ਜਿਨੇ ਉਦਾਸ ਕੱਪੜੇ ਪਾਏ ਹੋ ਜੋ ਅਭੀ ਖਾਤ ਵਿਚ ਮੁੰਡੇ ਦੀ ਤਵੱਕੋ ਕੁਝ ਹੋਰ ਵੱਡੀ ਹੋ ਗਈ ਉਹ ਸਾਖਿਆ ਮੈਂ ਇੰਨਾ ਕੋ ਨਹੀਂ ਚਾਹੁੰਦਾ ਕਿ ਤੂੰ ਪ੍ਰੇਮਿਕਾ ਤੋਂ ਬੀਵੀ ਬਣੇ ਤੇ ਫਿਰ ਮੁੱਕ ਜਾਵੇਂ ਜਿਵੇਂ ਸੁੱਕੇ ਫੁੱਲ ਚੋਂ ਖੁਸ਼ਬੂ ਮੁੱਕਦੀ ਹੈ ਜਿਵੇਂ ਤੇਲ ਤੋਂ ਵਿਰਵਾ ਬੁੱਝ ਜਾਂਦਾ ਹੈ ਦੀਵਾ ਜਿਵੇਂ ਬੀਵੀ ਹੋ ਜਾਣ ਪਿੱਛੋਂ ਮਰ ਜਾਂਦੀ ਹੈ ਪ੍ਰੇਮਿਕਾ ਮੈਂ ਤੇਰੇ ਜੋ ਸਿਰਫ ਤੈਨੂੰ ਨਹੀਂ ਚਾਹੁੰਦਾ ਬੜਾ ਕੁਝ ਹੋਰ ਚਾਹੁੰਨਾ ਮਸਲਨ ਮੇਰੇ ਅੰਦਰ ਇੱਕ ਬਾਲਵਸਤਾ ਹੈ ਉਸ ਖਾਤਰ ਤੂੰ ਮਮਤਾ ਦੇ ਖੰਭ ਫੈਲਾ ਦੇਵੇਂ ਨਿਰਮਲ ਚਿਹਰਾ ਵੇਖਣਾ ਚਾਹਾਂ ਤਾਂ ਤੂੰ ਭੈਣ ਹੋ ਜਾਵੇਂ ਜਦੋਂ ਮਨ ਦੇ ਬੋਟਾਂ ਲਈ ਮੇਰਾ ਮੋਹ ਡੁੱਲੇ ਤੂੰ ਧੀ ਹੋਵੇਂ ਮੇਰੇ ਉਦਾਸ ਪਲਾਂ ਵੇਲੇ ਤੂੰ ਦੋਸਤੀ ਦਾ ਮੁੱਢਾ ਬਣੀ ਤੂੰ ਇੱਕੋ ਵੇਲੇ ਬਣੀ ਬੜਾ ਕੁਝ ਹੋਰ ਵੀ ਮੈਂ ਤੇਰੇ ਤੋਂ ਸਿਰਫ ਤੈਨੂੰ ਨਹੀਂ ਚਾਹੁੰਦਾ ਬੜਾ ਕੁਝ ਹੋਰ ਚਾਹੁੰਦਾ ਉਹਨਾਂ ਵੇਲਿਆਂ 'ਚ ਪ੍ਰੇਮ ਪੱਤਰ ਜਿਉਂਦੇ ਬੰਬਾਂ ਵਾਂਗੂ ਸਮਝੇ ਜਾਂਦੇ ਸਨ ਉਹਨਾਂ ਬੰਬਾਂ ਦੇ ਫਟਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਸੀ ਮੁੰਡਾ ਕੁੜੀ ਨੂੰ ਤਾਕੀਦ ਕਰਦਾ ਪਲੀਜ਼ ਚਿੱਠੀ ਪੜ ਕੇ ਪਾੜ ਦੇਈਂ ਕੁੜੀ ਚਾਹੁੰਦੀ ਸੀ ਖਤਰੇ ਦੀ ਗੁੰਜਾਇਸ਼ ਨਾ ਮਾਤਰ ਵੀ ਬਾਕੀ ਨਾ ਰਹੇ ਉਹ ਹਰ ਚਿੱਠੀ 'ਚ ਲਿਖਦੀ ਚਿੱਠੀ ਪੜ ਕੇ ਸਾੜ ਦੇਵੀਂ ਤੈਨੂੰ ਮੇਰੀ ਸੌਣ ਲੱਗੇ ਇੱਕੋ ਚਿੱਠੀ ਨੂੰ ਕਈ ਕਈ ਵਾਰ ਪੜਨ ਪਿੱਛੋਂ ਵੀ ਦੋਹਾਂ ਨੂੰ ਇਹੋ ਲੱਗਦਾ ਰਹਿੰਦਾ ਸੀ ਕਿ ਬੜਾ ਕੁਝ ਪੜਨ ਕੋਚਰਾ ਬਾਕੀ ਰਹਿ ਗਿਆ ਸੀ ਉਹ ਬੜਾ ਕੁਝ ਪੜਨ ਖਾਤਰ ਨਾ ਕੁੜੀ ਨੇ ਖੱਤ ਪਾੜੇ ਨਾ ਮੁੰਡੇ ਨੇ ਖੱਤ ਸਾੜੇ ਉਹ ਖੱਤ ਤਾਂ ਉੜਦੇ ਪਰਿੰਦੇ ਸਨ ਜਾ ਕੇ ਘਰਾਂ ਦੇ ਬਨੇਰਿਆਂ ਉੱਤੇ ਬੈਠ ਗਏ ਉਦੋਂ ਦੋਹਾਂ ਘਰਾਂ ਦੇ ਬੇੜਿਆਂ 'ਚੋਂ ਵਾਅ ਬਰੋਲਾ ਉੱਠਿਆ ਤੇ ਦੂਰ ਤੱਕ ਕੱਖ ਕਾਨ ਵਿਚ ਆ ਗਿਆ ਸੀ। ਮੁੰਡੇ ਕੁੜੀ ਦੇ ਮਨ ਦਾ ਚਾ ਮਰਿਆਦਾ ਦੀ ਸੁਨਾਮੀ 'ਚ ਰੁੜ ਗਿਆ। ਮੁਹੱਬਤ ਵਿੱਚ ਇਸ ਮੁਕਾਮ ਤੱਕ ਪਹੁੰਚ ਸਕਣਾ ਵੀ ਕੋਈ ਨਿੱਕੀ ਜੀ ਗੱਲ ਨਹੀਂ ਸੀ। ਉਹਨਾਂ ਇੱਕ ਦੂਜੇ ਦਾ ਹੱਥ ਫੜ ਕੇ ਬਥੇਰਾ ਤੁਰ ਲਿਆ ਸੀ। ਇੰਨਾ ਕੋ ਬਹੁਤ ਸੀ। ਬਹੁਤ ਸੀ ਦੋਹਾਂ ਲਈ। ਵਿਛੋੜੇ ਵੇਲੇ ਉਹ ਆਪਣੇ ਧੁਰ ਅੰਦਰ ਬਹੁਤ ਰੋਏ ਜੋ ਅਣਕਿਆ ਵੀ ਕਿਹਾ ਗਿਆ ਉਹ ਅਥਰੂਆਂ ਦਾ ਐਦਨਾਮਾ ਸੀ। ਉਮਰ ਪਰ ਨਾਲ ਰਹਿਣਗੇ ਆਪਣੀਆਂ ਯਾਦਾਂ ਦੇ ਗੁਲਮੋਹਰ ਜ਼ਿੰਦਗੀ ਦੇ ਨੇਰਵੇਲੇ ਚਾਨਣ ਦੇਣਗੇ ਮੇਲ ਦੇ ਪਲ ਤੇਰੇ ਜਾਣ ਪਿੱਛੋਂ ਵੀ ਤੇਰੇ ਹੋਣ ਨੂੰ تسلیم ਕਰਕੇ ਹਰ ਸਾਹ ਨਾਲ ਜਿਉਵਾਂਗੇ ਆਪਣੀ ਮੁਹੱਬਤ ਅਗਲਾ ਭਾਗ ਕਹਾਣੀ ਮੁੱਕੀ ਤਾਂ ਮੈਂ ਸਿਰ ਸੁੱਟ ਕੇ ਬੈਠ ਗਿਆ ਜਿਵੇਂ ਆਪਣੀ ਮੋਈ ਹੋਈ ਮੁਹੱਬਤ ਦੇ ਸੱਥਰ ਉੱਤੇ ਬੈਠਾ ਹੋਵਾਂ ਮੈਨੂੰ ਲਵ ਪੈਗ ਦੇ ਘੁੱਟ ਭਰਨੇ ਭੁੱਲੇ ਹੋਏ ਸਨ ਰੋਹਿਤ ਰਿਸ਼ੀ ਗੁੰਮ ਸਮਝਿਆ ਖਲਾਵਲ ਵੇਖ ਰਿਹਾ ਸੀ ਫੇਰ ਜਿਵੇਂ ਕਿਸੇ ਬੰਦ ਗੁਫਾ ਦੇ ਅੰਦਰੋਂ ਆਵਾਜ਼ ਆਈ ਹੋਵੇ ਉਹ ਗੁਫਾ ਤਿਪ ਤਿਪ ਕਰ ਰਹੀ ਸੀ ਪਾਣੀ ਚੋ ਰਿਹਾ ਸੀ ਉਸ ਅੰਦਰ ਚਿੱਠੀਆਂ ਦੀ ਭਰਪੂਰ ਫਸਲ ਬਸ ਇੱਥੋਂ ਕੋ ਤੱਕ ਹੀ ਉਗਾਈ ਜਾ ਸਕਦੀ ਸੀ ਮੁੰਡੇ ਤੇ ਕੁੜੀ ਦੀ ਬਾਕੀ ਬਚਦੀ ਉਮਰ ਦੀ ਕਹਾਣੀ ਕੁਝ ਵੱਧ ਉਦਾਸ ਸੀ ਉਹ ਰੋਹਿਤ ਰਿਸ਼ੀ ਦੇ ਵਪਾਰ ਦੇ ਘੇਰੇ 'ਚ ਨਹੀਂ ਸੀ ਆਉਂਦੇ ਮੈਂ ਚੁੱਪ ਵਟ ਲਈ ਫੇਰ ਉਹ ਜ਼ੋਰ ਦੇ ਕੇ ਪੁੱਛਿਆ ਮੈਨੋਂ ਪ੍ਰੇਮੀਆਂ ਦੀ ਅਥਰੂਆਂ ਦੀ ਨਦੀ ਨੂੰ ਕਸ਼ੀਦ ਕਰ ਲਿਆ ਤੇ ਥੋੜੇ ਜਿਹੇ ਹਰਫ ਰੋਹਿਤ ਰਿਸ਼ੀ ਦੇ ਸਾਹਮਣੇ ਖਿਲਾਰ ਦਿੱਤੇ ਫਿਰ ਕੁੜੀ ਕਿਸੇ ਹੋਰ ਛੱਤ ਹੇਠ ਗੁਆਚ ਗਈ ਮੁੰਡੇ ਦੇ ਬਿਸਤਰੇ ਉੱਤੇ ਕੋਈ ਅਜਨਬੀ ਕੁੜੀ ਆ ਕੇ ਸੌਂ ਗਈ ਕੁੜੀ ਦੇ ਬਿਸਤਰੇ ਦਾ ਸਰਾਣਾ ਅਥਰੂਆਂ ਨਾਲ ਭਿੱਜਾ ਤੇ ਫਿਰ ਸੁੱਕ ਗਿਆ ਮੁੰਡੇ ਦੇ ਹੋ ਕੇ ਹਾਵੇ ਅਣਗੋਲੇ ਜੇ ਗੁਆਚ ਗਏ ਕੁੜੀ ਰਾਤ ਦੇ ਹਨੇਰੇ 'ਚ ਪਤੀ ਨੂੰ ਪ੍ਰੇਮੀ ਮਿਤ ਕੇ ਜਿਉਂਦੀ ਰਹੀ ਮੁੰਡਾ بیوی ਦੇ ਨਾਲ ਲੰਮਾ ਪਿਆ ਪ੍ਰੇਮਿਕਾ ਦੀ ਕਲਪਨਾ ਨੂੰ ਭੋਗਦਾ ਰਿਹਾ ਇਸ ਤਰ੍ਹਾਂ ਥੋੜਾ ਥੋੜਾ ਮਰਦੇ ਰਹੇ ਫਿਰ ਉਹ ਅੰਦਰੋਂ ਇੰਨਾ ਕੁ ਮਰ ਗਏ ਕਿ ਕੁਝ ਵੀ ਦੁਖਦਾਈ ਨਾ ਰਿਹਾ ਅਜੀਬ ਗੱਲ ਇਹ ਹੋਈ ਕਿ ਆਪਣੀ ਮੌਤ ਬਾਰੇ ਉਹ ساری ਉਮਰ ਬੇਖਬਰ ਹੀ ਰਹੇ ਅਗਲਾ ਪਾਗ ਉਸ ਮੁੰਡੇ ਤੇ ਕੁੜੀ ਨਾਲ ਜੋ ਕੁਝ ਵੀ ਹੋਇਆ ਸੀ ਜੱਗੋਂ ਬਾਹਰਾ ਨਹੀਂ ਸੀ ਉਹ ਇੱਕ ਭਿਆਨਕ ਹਾਦਸਾ ਸੀ ਜਿਹੜਾ ਮੇਰੀ ਤੇ ਰੋਹਿਤ ॠषि ਵਾਲੀ ਪੀੜ੍ਹੀ ਨਾਲ ਵਾਪਰ ਗਿਆ ਸੀ ਅਸੀਂ ਫਿਰ ਵੀ ਚੁੱਪ ਹੀ ਰਹੇ ਸੀ ਅਸੀਂ ਕਿਸੇ ਨਾਲ ਲੜੇ ਨਹੀਂ ਸੀ ਅਸੀਂ ਅੰਦਰੋਂ ਅੰਦਰ ਰਿੱਝਦੇ ਰਹੇ ਸੀ ਜਿਵੇਂ ਪਾਣੀ ਉਬਲ ਰਿਹਾ ਹੁੰਦਾ ਤੇ ਅਸੀਂ ਖੁਦ ਨੂੰ ਹੋਸ਼ਮੰਦ ਹੀ ਆਖਦੇ ਰਹੇ ਸੀ ਗੁਣੀ ਹੋਈ ਕਹਾਣੀ ਵਿੱਚ ਨਾ ਮੁੰਡੇ ਦਾ ਕੋਈ ਨਾਮ ਸੀ ਤੇ ਨਾ ਕੁੜੀ ਦਾ ਉਹਨਾਂ ਦੇ ਸ਼ਹਿਰ ਗ੍ਰਾਂਦ ਦੀ ਵੀ ਕੋਈ ਖਬਰ ਨਹੀਂ ਸੀ ਇਹੋ ਜਿਹਾ ਵੇਰਵੇ ਦੇਣ ਤੋਂ ਅੱਗੇ ਇਤਨੇ ਮੈਨੂੰ ਵਰਜਿਆ ਸੀ ਵੈਸੇ ਵੀ ਮੈਂ ਕਿਹਦਾ ਕਿਹਦਾ ਨਾਮ ਲਿਖਦਾ ਮਰਦਮ ਸ਼ੁਮਾਰੀ ਵਾਲੀ ਕਿਤਾਬ ਤਾਂ ਪਹਿਲਾਂ ਹੀ ਇਹੋ ਜਿਹੇ ਨਾਵਾਂ ਦੀ ਭਰੀ ਹੋਈ ਸੀ ਰੋਹਿਤ ਰਿਸ਼ੀ ਹੌਕੇ ਵਰਗਾ ਸਾਹ ਭਰ ਕੇ ਚੁੱਪ ਦੀ కుੰਦਰ ਚ ਬੈਠ ਗਿਆ ਮੈਂ ਉਹਦੇ ਗੈਰੇ ਗੈਰੇ ਸਾਹ ਸੁਣੇ ਬੱਸ ਦੇ ਸਫ਼ਰ ਵੇਲੇ ਜਿਵੇਂ ਕੋਈ ਕਿਸੇ ਅਜਨਬੀ ਮੁਸਾਫਰ ਦੇ ਮੋਢੇ ਤੇ ਸਿਰ ਰੱਖ ਕੇ ਸੌਂ ਗਿਆ ਹੋਵੇ ਉਹ ਬੱਸ ਦੇ ਸੁੱਤੇ ਮੁਸਾਫਰ ਵਾਂਗੂੰ ਜਾਗ ਗਿਆ ਤੇ ਅੱਬੜਵਾਏ ਬੋਲਿਆ ਕੀ ਨਾਂ ਸੀ ਉਸ ਕੁੜੀ ਦਾ ਉਸ ਕੁੜੀ ਦਾ ਕੋਈ ਨਾਂ ਨਹੀਂ ਸੀ ਉਸ ਮੁੰਡੇ ਦਾ ਵੀ ਕੋਈ ਨਾਂ ਨਹੀਂ ਸੀ ਮੈਂ ਦੱਸਿਆ ਇਹ ਕਿਸ ਤਰ੍ਹਾਂ ਹੋ ਸਕਦਾ ਭਲਾ ਨਾਂ ਤਾਂ ਸਭ ਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਮਿਲਿਆ ਤਾਂ ਕੋਈ ਵੀ ਨਾ ਉਹਦਾ ਨਾਂ ਕਿਵੇਂ ਹੋ ਸਕਦਾ ਮੇਰੇ ਬੋਲ ਕੁਝ ਵਦੇਰੇ ਠਰ ਗਏ ਸਨ ਉਹ ਚਿੱਠਾ ਪੈ ਕੇ ਬੋਲਿਆ ਦਰਅਸਲ ਮੈਂ ਪੁੱਛਣਾ ਸੀ ਕੀ ਉਸ ਮੁੰਡੇ ਕੁੜੀ ਨੇ ਕਦੇ ਫੇਰ ਵੀ ਇੱਕ ਦੂਜੇ ਨੂੰ ਖੱਤ ਲਿਖਿਆ ਸ਼ਾਇਦ ਲਿਖਿਆ ਹੋਵੇ ਸ਼ਾਇਦ ਨਹੀਂ ਇਹ ਕੀ ਗੱਲ ਹੋਈ ਆਖਦੇ ਨੇ ਪ੍ਰੇਮੀਆਂ ਦਾ ਵੱਖਰਾ ਵੱਖਰਾ ਘਰ ਵਸਣ ਪਿੱਛੋਂ ਤੇ ਸੁਪਨੇ ਦੇ ਉਜੜ ਜਾਣ ਪਿੱਛੋਂ ਕਿਸੇ ਤੇ ਨੂੰ ਕੋਈ ਖੱਤ ਨਹੀਂ ਲਿਖਣਾ ਚਾਹੀਦਾ ਨਾ ਮੁੰਡੇ ਨੂੰ ਤੇ ਨਾ ਕੁੜੀ ਨੂੰ ਤੇ ਜੇ ਭਾਵੁਕਤਾ ਵਸ ਲਿਖ ਦਿੱਤਾ ਹੋਵੇ ਫਿਰ ਘਰਾਂ ਦੀਆਂ ਛੱਤਾਂ ਤੇ ਛਦੀਰ ਟੁੱਟ ਜਾਂਦੇ ਨੇ ਛੱਤਾਂ ਡਿੱਗ ਪੈਂਦੀਆਂ ਨੇ ਅੱਜ ਅਸੀਂ ਅੱਜ ਅਸੀਂ ਜਿਉਣ ਮਰਨ ਦੇ ਵਾਧਿਆਂ ਵਾਲੇ ਖਤਾਂ ਦੇ ਵਪਾਰ ਦਾ ਮੁੱਢ ਬੰਨਣਾ ਸੀ ਪਰ ਕਹਾਣੀ ਕੁਝ ਅਗਾਹ ਤੁਰ ਗਈ ਸੀ ਰੋਹਿਤ ਰਿਸ਼ੀ ਕੁਝ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਕਿਦਰੇ ਵੀ ਨਹੀਂ ਸੀ ਵੇਖ ਰਿਹਾ ਅਸੀਂ ਖਿੱਲਰ ਰਹੇ ਸਾਂ ਮੇਰੇ ਲਬ ਪੈਗ ਵਾਲੇ ਗਲਾਸ 'ਚ ਥੋੜੀ ਜਿਹੀ ਵਿਸਕੀ ਬਾਕੀ ਸੀ ਮੈਂ ਲੰਮੇ ਘੁੱਟ ਨਾਲ ਗਲਾਸ ਖਾਲੀ ਕਰ ਦਿੱਤਾ ਤੇ ਉੱਠ ਕੇ ਖਲੋ ਗਿਆ ਚੰਗਾ ਮੈਂ ਚੱਲਦਾ ਹਾਂ ਹੁਣ ਲਵ ਕਾਰਡਾਂ ਲਈ ਚਿੱਠੀਆਂ ਮੈਂ ਛੇਤੀ ਪੁੱਜਦੀਆਂ ਕਰ ਦਵਾਂ। ਹੁਣ ਇਹ ਤਾਂ ਵੇਖਿਆ ਤੇ ਮੈਂ ਹੈਰਾਨ ਰਹਿ ਗਿਆ। ਰੋਹਿਤ ਰਿਸ਼ੀ ਦੀਆਂ ਅੱਖਾਂ 'ਚ ਉੱਜੜਿਆ ਹੋਇਆ ਬਾਗ ਸੀ। ਬੀਤੇ ਹੋਏ ਪਿਆਰ ਦੇ ਉਹਨਾਂ ਖਤਾਂ ਸਾਵੇਂ ਵਪਾਰ ਛਿੱਥਾ ਪਿਆ ਹੋਇਆ ਸੀ। ਮੇਰੀ ਬੁਣੀ ਹੋਈ ਕਹਾਣੀ 'ਚ ਕਿਦਰੇ ਵੀ ਮੀਨ ਨਹੀਂ ਸੀ ਪਿਆ। ਕਿਰਮਣ ਵੀ ਨਹੀਂ ਸੀ ਹੋਈ। ਪਰ ਰੋਹਿਤ ਰਿਸ਼ੀ ਜਦੋਂ ਬੋਲਿਆ, ਉਹਦੀ ਆਵਾਜ਼ ਭਿੱਜੀ ਹੋਈ ਸੀ। ਯਾਰ, ਤੂੰ ਵੀ ਹੱਦ ਕਰਦਾ। ਬਾਜ਼ਾਰ 'ਚ ਬੈਠ ਕੇ ਕੀ ਮੈਂ ਹੁਣ ਆਪਣੇ ਹੀ ਗਵਾਚੇ ਹੋਏ ਪਿਆਰ ਦੀਆਂ ਚਿੱਠੀਆਂ ਵੇਚਿਆ ਕਰੋ ਨਹੀਂ ਚਾਹੀਦੀਆਂ ਉਹ ਚਿੱਠੀਆਂ ਮੈਨੂੰ ਮੈਂ ਹੈਰਾਨ ਹੋਇਆ ਖੜਾ ਸਾਂ ਮੁਹੱਬਤ ਦੀ ਮੋਈ ਹੋਈ ਕਹਾਣੀ ਉਸ ਪਲ ਦਿਲ ਵਾਂਗੂੰ ਧੜਕਣ ਲੱਗ ਪਈ ਸੀ ਧੰਨਵਾਦ